ਮੱਕੜਾਂ ਫਾਇਰ ਅਫਸਰ ਫਾਇਰ ਬ੍ਰਿਗੇਡ ਬਠਿੰਡਾ ਤੋਂ ਸਾਨੂੰ ਇੱਕ ਬੱਚੀ ਤੇ ਕਾਲ ਆਈ ਹੈ ਵੀ ਆਪਣੇ ਜੱਸੀ ਚੌਂਕ ਤੇ ਤੇਲ ਵਾਲੇ ਟੈਂਕ ਨੂੰ ਅੱਗ ਲੱਗੀ ਹੈ। ਅਸੀਂ ਇਸੇ ਟਾਈਮ ਦੋ ਗੱਡੀਆਂ ਕੱਢਤੀਆਂ, ਜਦੋਂ ਅਸੀਂ ਆਏ ਹਾਂ ਟੈਂਕ ਨੂੰ ਪੂਰੇ ਨੂੰ ਅੱਗ ਲੱਗੀ ਹੈ ਤੇ ਪਹਿਲੀ ਗੱਡੀ ਨੇ ਆ ਕੇ ਕੰਟਰੋਲ ਕੀਤਾ। ਉਸ ਤੋਂ ਬਾਅਦ ਇੱਕ ਆਪਣੇ ਐਲ ਡੀਪੂ ਦੀ ਗੱਡੀ ਆ ਗਈ ਹੈ ਤੇ ਤਿੰਨ ਗੱਡੀਆਂ ਨਾਲ ਕੰਟਰੋਲ ਹੋਈ ਹੈ। ਇਹਦਾ ਕਾਰਨ ਕੀ ਹੈ ਇਹ ਤਾਂ ਹੁਣ ਡਰਾਈਵਰ ਦੱਸ ਦਿੰਦੇ ਆ। ਇਹਦਾ ਟੈਂਕਰ ਪੈਟਰੋਲ ਦਾ ਭਰਿਆ ਹੈ। ਸਾਨੂੰ ਅੱਜ ਪੁਲਿਸ ਨੂੰ ਸੂਚਨਾ ਮਿਲੀ ਹੈ ਵੀ ਇੱਥੇ ਜੱਸੀ ਪਾਉਣ ਵਾਲੀ ਚੌਂਕ ਦੇ ਵਿੱਚ ਕੈਂਟਰ ਨੂੰ ਅੱਗ ਲੱਗੀ ਹੈ। ਉੱਥੇ ਅਸੀਂ ਆਏ ਹਾਂ ਤੇਲ ਵਾਲੇ ਟੈਂਕ ਕੈਂਟਰ ਨੂੰ ਤੇ ਹੁਣ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤਾਂ ਬੁਝਾ ਦਿੱਤੀ ਗਈ ਹੈ। ਨੈਕਸਟ ਹੁਣ ਡਰਾਈਵਰ ਭੱਜ ਗਿਆ, ਮੌਕੇ ਤੋਂ ਦੇਖਦੇ ਹਾਂ ਜਿਹੜੀ ਬਣਦੀ ਕਾਰਵਾਈ ਅਮਲ ਚ ਲਵਾਂਗੇ। ਕੀ ਗੱਡੀ ਦੇ ਵਿੱਚ ਪੈਟਰੋਲ ਹੈ ਸੀ? ਹਾਂ ਪਤਾ ਲੱਗਿਆ ਵੀ ਹੁਣ ਵਿੱਚ ਡੀਜ਼ਲ ਵੀ ਹੈਗਾ, ਤਿੰਨ ਟੈਂਕੀਆਂ ਚ ਇੱਕ ਪੈਟਰੋਲ ਸੀਗਾ ਤੇ ਅਗਲਾ ਕੈਬਨ ਨੂੰ ਤੇ ਇੱਕ ਪੈਟਰੋਲ ਵਾਲੀ ਟੈਂਕੀ ਨੂੰ ਅੱਗ ਲੱਗੀ ਸੀ, ਬੁਝਾ ਲਈ ਗਈ ਹੈ। ਨੈਕਸਟ ਜਿਹੜੀ ਕਾਰਵਾਈ ਉਹ ਇਹਨਾਂ ਤੋਂ ਤਾਲਮੇਲ ਕਰਕੇ ਮਹਿਕਮੇ ਨਾਲ ਸਬੰਧਤ ਮਹਿਕਮੇ ਨਾਲ ਜਾਂ ਲਿਆਵਾਂਗੇ।